ਅਜੀ ਅਜੀ ਇਹਨਾਂ ਨੇ ਆਉਣਾ ਮਹੀਨੇ ਬਾਅਦ ਅੰਮੀ ਅੱਬੂ ਨੇ ਅਜੀ ਤੈਨੂੰ ਕਿਹਾ ਸੀ ਕੋਈ ਅਰੇਂਜ ਕਰ ਮਸਾ ਮਸਾ ਮੌਕਾ ਮਿਲਿਆ ਔਰ ਸਭ ਤੋਂ ਪਹਿਲੇ ਗੱਲ ਚੇਂਜ ਰੱਖੀ ਜਿਹੜਾ ਬਾਹਰ ਦਾ ਸਾਡਾ ਚੌਕੀਦਾਰ ਹੈ ਨਾ ਪਠਾਨ ਹਾਂ ਸਿਰਫ ਇਹਨੂੰ ਨਹੀਂ ਪਤਾ ਲੱਗਣ ਦੇਣਾ ਇਹ ਮੇਰੇ ਅੱਬੇ ਦਾ ਮੁਕਬਰ ਹੈ ਅੱਛਾ ਜੀ ਮੈਂ ਚਾਹੁੰਦਾ ਕੰਮ ਸਿਰਫ ਤੇਰੇ ਮੇਰੇ ਅੰਡਰਗਰਾਉਂਡ ਹੀ ਹੋਵੇ ਅਲ ਫੜ ਪੈਸੇ ਆ ਠੀਕ ਹੈ ਤੇ ਅਰੇਂਜ ਕਰ ਲੈ ਅੱਜ ਕੀ ਅਰੇਂਜ ਕਰੋ ਕੀ ਖਾਣਾ ਲੈ ਕੇ ਆਓ ਖੀਰ ਲੈ ਕੇ ਆਓ ਜਾਂ ਕੁੱਤਾ ਲੈ ਕੇ ਆਓ ਕੀ ਅਰੇਂਜ ਕਰ ਤੈਨੂੰ ਨਹੀਂ ਪਤਾ ਕਾਕਾ ਹੈ ਤੂੰ ਕਾਕਾ ਹੈ ਤੂੰ ਜੇ ਤੂੰ ਅੱਜ ਅਰੇਂਜ ਨਾ ਨਾ ਕੀਤਾ ਤੇ ਸਮਝੀ ਤੇਰੀ ਖੈਰ ਨਹੀਂ ਸਾਹਿਬ ਜੀ ਸਾਹਿਬੀ ਰੋ ਇਸ ਲਈ ਮੈਂ ਤੈਨੂੰ ਕਹਿ ਰਿਹਾ ਤੈਨੂੰ ਪੈਸੇ ਦਿੱਤੇ ਨੇ ਉਹ ਮਸਾ ਮਸਾ ਘਰ ਦੇ ਬਾਹਰ ਗਏ ਨੇ ਉਹਨਾਂ ਨੇ ਖਰੇ ਮਹੀਨੇ ਬਾਅਦ ਆਉਣਾ ਤੂੰ ਇਸ ਤਰ੍ਹਾਂ ਕਰ ਜਾ ਕੇ ਮੇਰਾ ਭਰਾ ਫੋਨ ਕਰ ਤੇ ਮੇਰਾ ਬੱਚਾ ਫੋਨ ਕਰਕੇ ਨਾ ਤੇ ਪਤਾ ਕਰ ਜਰਾ ਕੁੜੀ ਦਾ ਅਰੇਂਜ ਕਰ ਹੈ ਕੁੜੀ ਦਾ ਅਰੇਂਜ ਕਰ ਫੋਨ ਕੀਤਾ ਹੋਇਆ ਅੱਛਾ ਜੀ ਜੱਦੀ ਮਸਾ ਮਸਾ ਘਰ ਦੇ ਬਾਹਰ ਗਏ ਨੇ ਕੁਛ ਨਾ ਕੁਛ ਨੇ ਕੀਤਾ ਐਸਾ ਜਾਦੂ ਮੈਂ ਕਹਤੇ ਮੈਂ ਸੋਹਣੀਆ ਕਵਾਲਿਆ ਮੈਂ ਬੜੀ ਦੇਰ ਤੋਂ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਕਿੱਥੇ ਹੀ ਸਰ ਉਹ ਮੈਂ ਕਿਹਾ ਮੇਰੇ ਬਾਹਰ ਖੜੇ ਨੇ ਆ ਗਏ ਹੈ ਤੁਹਾਡਾ ਮਤਲਬ ਉਹ ਬਾਹਰ ਕੀ ਚੱਕ ਲਿਆ ਹੈ ਤੁਹਾਨੂੰ ਬਾਹਰੋਂ ਅੰਦਰ ਲਿਆ ਤੇ ਆ ਕਦਮ ਨਹੀਂ ਚੁੱਕੀ ਹੈ ਜਿਸ ਕੰਮ ਦੇ ਚੱਕਰ ਚ ਆਏ ਉਹ ਅਸੀਂ ਕਰਨਾ ਹੈ ਚੱਲ ਜਾ ਕਿਸ ਕੰਮ ਦੇ ਚੱਕਰ ਚ ਤੀ ਬੁਲਾ ਨਾ ਕੁੜੀ ਨੂੰ ਬੁਲਾ ਮੈਂ ਕਿਹਾ ਖਾਦਾ ਕੀ ਬੁਲਾ ਕੀ ਬੁਲਾ ਅੱਛਾ ਜੀ ਤੁਸੀਂ ਜਾ ਸਕਦੇ ਹੋ ਕਿਉਂ ਸਾਨੂੰ ਚਾਹੀਦੇ ਨੇ ਵਜਾਉਣ ਵਾਲੇ ਕੀ ਬਤਲੀ ਸੀ ਕਰੀ ਜਾ ਰਹੇ ਹੋ ਅਸੀਂ ਏਡੇ ਵੱਡੇ ਫਨਕਾਰ ਤੁਹਾਡੇ ਘਰ ਅੱਛਾ ਜੀ ਜਾਨੀ ਕਿ ਤੁਸੀਂ ਫਨਕਾਰ ਹੋ ਜੀ ਲਖ ਲਾਨਤ ਹੈ ਬੱਚੀ ਦੇ ਤੋਂ ਪੈਰ ਤੁਹਾਨੂੰ ਜੇ ਕੇ ਕਵੋ ਤੇ ਹਾਂਜੀ ਬੱਚੀ ਬੱਚੀ ਦੇ ਕੀ ਪਰਫਾਰਮ ਕੋਈ ਵੀ ਦੇਖਣਾ ਚਾਹੋ ਤੇ ਕੀ ਵੇਖਣਾ ਬਿਹਤਰ ਐਸ ਦੇਖੋ ਤੂੰ ਮਿਲੇ ਕਦੀ ਕਦੀ ਸਵਾ ਪੇ ਬਦਤਮੀਜ਼ੀ ਕਰੀ ਜਾ ਰਹੇ ਹੋ ਅਸੀਂ ਬੜੇ ਬੜੇ ਵੱਡੇ ਪ੍ਰੋਗਰਾਮ ਕੀਤੇ ਅੱਛਾ ਬੜੇ ਬੜੇ ਵੱਡੇ ਪ੍ਰੋਗਰਾਮ ਕੀਤੇ ਜਿਹੜਾ ਪ੍ਰੋਗਰਾਮ ਕੀਤਾ ਜਰਾ ਉਸ ਨਾਲ ਸਰ ਅਸੀਂ ਪਸ਼ਾਵਰ ਗਏ ਅੱਛਾ ਓਏ ਹੋਏ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਮਤਲਬ ਪਸ਼ਾਵਰ ਜਾ ਕੇ ਕਿਹੋ ਜਿਹਾ ਪ੍ਰੋਗਰਾਮ ਕੀਤਾ ਸਰ ਐਡਾ ਜ਼ਬਰਦਸਤ ਹੈ ਮੈਡਮ ਨੇ ਪਸ਼ਾਵਰ ਜਾ ਕੇ ਸਿਰਫ ਤੂੰ ਹੀ ਪ੍ਰੋਗਰਾਮ ਕੀਤਾ ਹੋ ਰਿਹਾ ਉਹ ਤੇ ਨਹੀਂ ਨਹੀਂ ਬੈਠੀ ਨਹੀਂ ਹੋਈ ਬਦਤਮੀਜ਼ੀ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਤੁਸੀਂ ਉਹ ਤਾਂ ਵਿਚਾਰੀ ਵਿਹਲੀ ਬੈਠੀ ਉਹਨਾਂ ਨੂੰ ਕਿਸੇ ਨੇ ਬੁਲਾਇਆ ਹੀ ਨਹੀਂ ਹੋਣਾ ਕਿਸਮਤ ਵਾਲਾ ਸੁਣਿਆ ਤੂੰ ਬਚ ਕੇ ਆ ਗਿਆ ਉੱਥੋਂ ਲੇਕਿਨ ਪਠਾਨ ਵੈਸੇ ਹੋਏ ਬੱਬਰ ਸ਼ੇਰੀ ਨੇ ਕਿਵੇਂ ਆ ਇੱਕ ਪਠਾਨ ਸੁੱਤਾ ਉਹਦੇ ਉੱਤੋਂ ਜੁਗਨੂ ਨੰਗਿਆ ਤੇ ਡਰ ਕੇ ਉੱਠ ਕੇ ਬਹਿ ਗਿਆ ਤੇ ਉੱਥੇ ਕਹਿ ਰਿਹਾ ਉਹ ਖੁਦਾ ਹੈ ਪਾਕਾ ਇਹ ਡੇਂਗੀ ਤੋਂ ਹਮੇ ਟਾਰਚ ਲੈ ਕੇ ਡੂੰਡ ਰਹਾ ਹੈ ਤੁਸੀਂ ਗਲਤ ਸਮਝ ਗਏ ਹੋ ਸਾਰੀ ਰਾਤ ਅਸੀਂ ਪ੍ਰੋਗਰਾਮ ਸੁਣਿਆ ਜਿੱਥੇ ਵੀ ਤੂੰ ਪ੍ਰੋਗਰਾਮ ਕੀਤਾ ਉਹ ਇਲਾਕਾ ਹੀ ਬੜਾ ਖਤਰਨਾਕ ਹੈ ਸਾਜੀ ਤੂੰ ਤੇ ਨਿਆਜ਼ ਵੰਡ ਕੇ ਤੁਸੀਂ ਦੋਵੇਂ ਵਾਪਸ ਆ ਗਏ ਹੋ ਸਾਜੀ ਤੁਹਾਨੂੰ ਤੇ ਅਖਬਾਰ ਚ ਆਉਣਾ ਚਾਹੀਦਾ ਸੀ ਦੱਸੋ ਪਠਾਣਾ ਦੇ ਇਲਾਕੇ ਚ ਟੁਰ ਗਏ ਤੁਸੀਂ ਐ ਤੁਸੀਂ ਜੋ ਲੱਖ ਫੜੋ ਗੱਲ ਮੇਰੀ ਸਮਝ ਨਹੀਂ ਆਈ ਮੈਂ ਕਈ ਮਾਰਨਾ ਵਾ ਸ਼ਾਹ ਨਿਓਰੇ
ਤੁਹਾਡੀ ਸ਼ਾਦੀ ਹੋਈ ਹੈ? ਜੀ ਮੇਰੀ ਸ਼ਾਦੀ ਨਹੀਂ ਹੋਈ। ਮੇਰੇ ਨਾਲ ਕਰਾਓ, ਬੜਾ ਫਾਇਦਾ ਹੈ। ਕੀ ਫਾਇਦਾ? ਖਾਵਣ ਦਾ ਖਾਵਣ, ਪੁੱਤਰ ਦਾ ਪੁੱਤਰ। ਇੱਧਰ ਪੁੱਤਰ ਦਾ ਪੁੱਤਰ, ਕੱਦ ਤੇਰਾ ਨਿੱਕਾ ਹੈ, ਵਿਆਹ ਕਰਾਉਣਾ ਵਿਆਹ ਤੂੰ। ਓਏ ਅੱਖਾਂ ਕੀ ਕਰ ਰਿਹਾ ਤੇ ਖੋਤੀ ਜੇ ਬੱਚਿਆ? ਸੋਈ 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 ਬਤਮੀ ਸੀ ਤਾਂ ਇਹ ਸਮਝਾਓ ਤੁਸੀਂ। ਇਹ ਕੋਰ ਜੇਲਾ ਆ, ਕਦੀ ਧੱਕਾ ਤੈਨੂੰ ਬੈਗ ਵੀ ਲੱਗ ਸਕਦਾ ਹੈ। ਅੱਛਾ ਜੀ, ਤੁਹਾਡਾ ਨਾਂ ਕੀ ਹੈ? ਜੀ ਮੇਰਾ ਨਾਮ ਹੈ ਖਾਲਦਾ। ਅੱਛਾ, ਤੇ ਇਸ ਤੋਂ ਇਲਾਵਾ ਕੀ ਕਰਦੇ ਹੋ? ਇਸ ਤੋਂ ਇਲਾਵਾ ਕੁਝ ਨਹੀਂ, ਬਸ ਡਾਂਸ ਕਰਨੀ ਹੈ। ਓਏ ਹੋਏ, ਉਹ ਤੂੰ ਕਹਿੰਦਾ ਗਾਉਣ ਵਾਲੇ ਆ, ਇਹਦੀ ਤੇ ਆਵਾਜ਼ ਹੀ ਹਾਕਰਾਂ ਵਾਲੀ ਹੈ। ਚਲ ਅਰੇ ਕਿਉਂ ਨੇ ਪਤਾ ਲੱਗਿਆ? ਕੈਸੀ ਹੋ? ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਸ਼ੁਕਰ ਹੈ। ਮਾਫ ਚਾਹੇ ਬਦਮੀ ਜੀ, ਰੋਟੀ ਖਾਣੀ? ਨਹੀਂ ਨਹੀਂ, ਬਦਮੀ ਜੀ ਕਾੜਿਓ ਬਹੁਤ ਅੱਛੀ। ਇਹ ਚਾਹ ਪੀਣੀ? ਜੀ ਪੀਣੀ ਹੈ। ਪੀਣੀ ਗਾਣਾ ਸੁਣਾਓ ਕੋਈ ਅੱਛਾ ਜਿਹਾ ਗਾਣਾ ਆਉਂਦਾ ਤੈਨੂੰ? ਜੀ ਗਾਣਾ ਉਹ ਗਾਉਂਦੇ, ਮੈਂ ਤੁਹਾਨੂੰ ਸਿਖਾ ਦਿੰਦਾ। ਕਹੋ ਜਰਾ, ਸਾਰੇ ਸਾਰੇ ਬਹੁਤੇ ਨੇ ਮਰ ਜਾਏਗੀ। ਅੱਛਾ ਸੁਣਾ ਤੂੰ ਉਹ ਗਾਣਾ ਸੁਣਾ ਜਿਹੜਾ ਤੇਰੀ ਅੰਮੀ ਕੋਠੇ ਤੇ ਖਲੋ ਕੇ ਗਾ ਰਹੀ ਸੀ। ਨੀ ਮੈਂ ਲਗਨ ਲਗੀ। ਮੋਟਰਸਾਈਕਲਾਂ ਰੈਂਟ ਤੇ ਦੇਣਾ। ਮੋਟਰਸਾਈਕਲ ਦੀ ਉਮਰ ਹੋ ਗਈ ਤੁਹਾਡੇ ਕੋਲ? ਕੋਈ 16 ਸਾਲਾਂ ਮੋਟਰ ਬਾਈਕ ਪਈ ਹੈ ਜੀ? ਹੈ ਜੀ। ਤੇ ਉਹ ਤੀਸਰੇ ਗੇਅਰ ਚੋਂ ਥੱਲਿਓਂ ਤਾਂ ਨਹੀਂ ਨਿਕਲਦੀ? ਨਹੀਂ 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 ਨਹੀਂ। ਅੱਛਾ, ਤੇ ਉਹਦੀਆਂ ਹੈਡਲਾਈਟਾਂ ਠੀਕ ਨੇ? ਹਾਂ ਹਾਂ। ਤੇ ਲਿਆ ਸ਼ੋਰੂਮ ਵਾਲਾ? ਅੱਛਾ ਅੱਛਾ ਅੱਛਾ। ਵੈਸੇ ਦੀ ਤਬੀਅਤ ਨਲਾਇਕਾ, ਕੋਈ ਮੇਰੇ ਸ਼ਹਿਰ ਸਮਝ ਗਏ ਹੋਵੋਗੇ, ਕੋਈ ਮੇਰੇ ਸ਼ਹਿਰ ਦੀ ਤੁਹਾਡੇ ਕੋਲ 2 ਵੀਲਰ ਦੀ ਗੱਡੀ ਹੈ? ਇਹ ਜੀ ਅੱਜ ਗੱਡੀ ਦਾ ਅਰੇਂਜ ਨਾ ਨਾ ਹੋਇਆ ਤੇ ਤੁਸੀਂ ਟਰੈਕਟਰ ਤੇ ਬਹਿਣਾ। ਤੁਸੀਂ ਜਾ ਲੜਕੀ ਕੀ
ਕੋਲ ਇਹ ਮੈਂ ਪੇਸ਼ਕਾਰ ਆ ਜੀ ਤੇ ਬੱਚੀ ਲੈ ਕੇ ਆਇਆ ਚੌਧਰੀ ਫਾਕਾ ਦੋ ਫਿੱਟੇ ਮੂੰਹ ਲਿਆ ਛੱਤੀ ਚਿੱਟੀ ਲਿਆ ਓਏ ਹੁਣ ਨਾ ਬੋਲੀ ਸਾਡੀ ਤੁਸੀਂ ਹੁਣ ਮੈਨੂੰ ਤੋ ਇਹ ਨਹੀਂ ਦੱਸਣਾ ਕਿ ਇਹ ਗਾਉਣ ਵਾਲੇ ਨੇ ਲਿਆਓ ਜੀ ਸਿੱਧੇ ਹੋ ਜਾਓ ਹੁਸਨ ਦਾ ਆਪਣਾ ਮੁਖੜਾ ਓਏ ਪਹਿਲੀ ਵਾਰੀ ਸਾਡੇ ਘਰ ਚ ਕੁੜੀ ਉਹ ਵੀ ਘਰ ਕੋਈ ਆਖ ਨਸ਼ੀਲੀ ਕਿੱਥੇ ਰਹਿ ਗਿਆ ਆਹੋ ਕੀ ਤੂੰ ਕਿੱਧਰ ਵੇਖ ਰਿਹਾ ਉਹ ਕਿੱਥੇ ਹੀ ਕੁੜੀ ਐ ਮਾਲ ਨਾ ਮਰਾਦਾ ਤੇਰੇ ਹਾਲਾਤ ਕੀ ਖਰਾਬ ਹੋਏ ਅੰਮੀ ਲੈ ਕੇ ਆ ਗਏ ਟੋਟਲ ਦਿਆਂਗਾ ਮੇਰੇ ਮੈਨੂੰ ਦੇਈ ਜਾਣਾ ਉਧਰ ਚੱਲ ਚੱਲ ਸ਼ਾਦੀ ਕਰ ਤੇ ਫਿਰ ਅਸਲ ਚ ਅਸੀਂ ਛਤਰਾ ਲਿਆਉਣਾ ਸੀ ਸਰਗੋਂ ਤੇ ਲਿਆ ਈਦ ਵਾਸਤੇ ਬੇਵਫਾ ਜਦੋਂ ਮਰਜ਼ੀ ਘੰਟੇ ਤੱਕ ਚਲੇ ਜਾਏ ਗੱਲਾਂ ਨੀ ਕਰਨੀਆਂ ਨਹੀਂ ਉਧਰ ਚੱਲ ਨੀ ਮਾੜੀਏ ਕਰ ਲੋ ਬੱਚੀ ਚੈੱਕ ਬਿਜਲੀ ਆਉਂਦੀ ਨਹੀਂ ਤੇ ਬਿੱਲ ਤੁੰਨ ਕੇ ਗੇਟ ਥਾਣੀ ਦੇ ਜਾਂਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਕੰਮ ਸ਼ਮ ਨੀ ਲੱਭਾ ਜੇ ਜੇ ਤੇਰੇ ਹਾਲਾਤ ਨੇ ਤੇ ਤੇਰੀ ਮਿਹਰਬਾਨੀ ਕੋ ਮਸਕੀਨ ਜਿਹਾ ਬੰਦਾ ਵੇਖ ਕੇ ਵਿਆਹ ਕਰਾ ਕੇ ਇੱਜ਼ਤ ਨਾ ਕਰ ਬੈ ਵਿਆਹ ਕਰਾ ਕੇ ਮੇਰਾ ਕੰਮ ਬੰਦ ਨਾ ਕਰਵਾ ਸਾਡਾ ਆਪਸ ਦਾ ਮਸਲਾ ਹੈ ਉਹ ਬਿਰਾਹ ਛੋਟਾ ਸ਼ਾਦੀ ਸ਼ੁਦਾ ਹੈ ਔਲਾਦ ਨਹੀਂ ਹੋ ਰਹੀ ਉਹ ਪਰ ਹਕੀਮ ਸਾਹਿਬ ਨੇ ਇਹਨੂੰ ਕਿਹਾ ਕਿ ਦੋ ਰਾਤਾਂ ਤੂੰ ਬਾਹਰ ਆ ਫੇਰ ਹੋਏਗੀ ਅੱਜ ਉਹਦੀ ਪਹਿਲੀ ਰਾਤ ਹੈ ਤੇ ਤੁਸੀਂ ਸੁਣਾਓ ਯਾਨੀ ਕਿ ਤੁਸੀਂ ਜ਼ਰੂਰੀ ਇਹੀ ਕੰਮ ਕਰਨਾ ਅੱਛਾ ਕੰਮ ਕਰਨਾ ਚਾਹੀਦਾ ਬੜਾ ਕੋਸਾ ਕਰ ਮੰਮੀ ਮੈਨੂੰ ਮੇਰਾ ਵੀ ਕੋਈ ਇਸੇ ਚੱਕਰ ਤੋਂ ਦਿਲ ਕਰ ਰਿਹਾ ਸੀ ਲੇਕਿਨ ਤੁਹਾਡੇ ਹਾਲਾਤ ਨਹੀਂ ਠੀਕ ਕੋਈ ਹੋਰ ਗੱਡੀ ਕੋਈ ਨਹੀਂ ਬੜੀਆਂ ਗੱਡੀਆਂ ਨੇ ਮਗਰ ਗੱਡੀ ਲਿਆ ਨਾ ਮਰਾਦਾ ਮਿੱਟੀ ਵਾਲੀ ਟਰਾਲੀ ਚੁੱਕੀ ਫਿਰਦਾ ਕਿਹੜੀ ਗੱਡੀ ਹੈ ਕਿਹੜੀ ਗੱਡੀ ਅੱਛਾ ਇਹੋ ਜਿਹੀਆਂ ਬਤਕਾਂ ਆਂਡਾ ਦੇ ਕੇ ਵੱਡਾ ਤੇ ਆਪੀ ਬੇਹੋਸ਼ ਹੋ ਜਾਂਦੇ ਪਟ ਪੀ ਅੱਛਾ ਮੱਲੇ ਚ ਕੋ ਸਬਜ਼ੀ ਵਾਲਾ ਵੀ ਯਾਰ ਅੱਲਾ ਤੇਰੀ ਖੈਰ ਕਰੇ ਤੂੰ ਵੀ ਅੱਬਾ ਬਦਲ 20 ਸਾਲ ਉਹੀ ਲਈ ਫਿਰਨਾ ਯਾਰ ਆਪ ਬੱਬਰ ਸ਼ੇਰ ਹੋ ਮਹਿਮਾਨ ਹੋ ਆਪ ਜੀ ਤੁਸੀਂ ਇੰਜੋਏ ਕਰੋ ਬਸ ਦੇਖੋ ਥੈਂਕ ਯੂ ਤੇ ਅੱਛਾ ਤੁਸੀਂ ਇਹ ਲੈ ਕੇ ਆਇਓ ਇਹ ਜੀ ਚੱਲ ਮੇਰਾ ਭਰਾ ਤੂੰ ਚਲੇ ਜਾ ਤੇ ਸਵੇਰੇ ਮਸੀਤੋ ਫੱਟਾ ਲੈ ਕੇ ਬਾਹਰ ਭੇਜ ਬਾਹਰ 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 ਤੇ ਪੈਸੇ ਪੈਸੇ ਕਾਹਦੇ ਇਹ ਮਾਲ ਤੇਰੇ ਇੱਥੋਂ ਚੱਲ ਅੰਦਰ ਫਿਲਹਾਲ ਅਸੀਂ ਅਰੇਂਜ ਕਰ ਰਹੇ ਜੇ ਕੁਝ ਹੋਇਆ ਤੇ ਠੀਕ ਹੈ ਨਹੀਂ ਤੇ ਤੂੰ ਤਿਆਰ ਰਹਿਣਾ ਨਾ ਮਰਾਦ